ਭਿਆਨਕ ਬਿਮਾਰੀ ਅਜੇ ਖਤਮ ਨਹੀਂ ਹੋਈ। ਉਪਰੋਂ ਬਰਡ ਫਲੂ ਦੀ ਇੱਕ ਹੋਰ ਬਿਮਾਰੀ ਲਗਾਤਾਰ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੱਖੜਾ ਨੇੜੇ ਦਿਨ ਦਿਹਾੜੇ ਕੋਈ ਅਣਪਛਾਤਾ ਵਿਅਕਤੀ ਸੈਂਕੜੇ ਮਰੀਆਂ ਹੋਈਆਂ ਮੁਰਗੀਆਂ ਸੁੱਟ ਕੇ ਫਰਾਰ ਹੋ ਗਿਆ। ਜਿਵੇਂ ਹੀ ਇਸ ਦੀ ਖਬਰ ਪਿੰਡ ਅਤੇ ਨੇੜੇ ਤੇੜੇ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਇਲਾਕੇ 'ਚ ਦਹਿਸ਼ਤ ਫੈਲ ਗਈ। ਵੱਡੇ ਪੱਧਰ 'ਤੇ ਮਰੀਆਂ ਮੁਰਗੀਆਂ ਦੇ ਸੁੱਟ ਜਾਣ ਦੀ ਖਬਰ ਜਿਵੇਂ ਹੀ ਪਿੰਡ ਨਵਾਂ ਰੱਖੜਾ ਦੀ ਪੰਚਾਇਤ ਨੂੰ ਲੱਗੀ ਤਾਂ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ 'ਤੇ ਇਲਾਕੇ ਦੀ ਵੈਨੇਟਰੀ ਡਾਕਟਰ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਮੁਰਗੀਆਂ ਕਿਸ ਕਾਰਨ ਮਰੀਆਂ ਨੇ, ਪਰ ਜਿਸ ਤਰ੍ਹਾਂ ਬਰਡ ਫਲੂ ਆਉਣ ਦੀ ਗੱਲ ਕਹੀ ਜਾ ਰਹੀ ਹੈ ਉਸ ਨਾਲ ਇਸ ਤਰ੍ਹਾਂ ਅਚਾਨਕ ਸੈਂਕੜੇ ਮੁਰਗੀਆਂ ਦਾ ਮਰਨਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਨਜ਼ਰ ਆ ਰਿਹਾ ਹੈ। ਪਟਿਆਲਾ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਪੁੱਜ ਕੇ ਮਰੀਆਂ ਮੁਰਗੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਇਸ ਇਲਾਕੇ ਵਿੱਚ ਪੈਂਦੇ ਹੋਰ ਮੁਰਗੀ ਫਾਰਮਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਸਰ, ਕੀ ਨਾਮ ਹੈ ਤੁਹਾਡਾ? ਹਾਂ, ਮੇਰਾ ਨਾਮ ਡਾਕਟਰ ਜੀਵਨ ਗੁਪਤਾ ਜੀ, ਮੈਂ ਵੈਟਨਰੀ ਅਫਸਰ ਹਾਂ ਇੱਥੇ ਦਦਹੇੜੇ, ਅਤੇ ਸਾਡੇ ਏਰੀਏ ਦੇ ਅਧੀਨ ਪੈਂਦਾ ਰੱਖੜਾ ਪਿੰਡ ਜੀ। ਅਤੇ ਘੰਟਾ ਕੁ ਪਹਿਲਾਂ ਸਾਨੂੰ ਸੂਚਨਾ ਮਿਲੀ ਸੀ ਵੀ ਕਾਫੀ ਸਾਰੀਆਂ ਮਰੀਆਂ ਵੇ ਮੁਰਗੀਆਂ, ਕੋਈ 500 ਮੁਰਗੀ ਕੋਈ ਇੱਥੇ ਸਿੱਟ ਕੇ ਗਿਆ ਜੀ। ਅਤੇ ਅਸੀਂ ਤੁਰੰਤ ਆਪਣੀ ਟੀਮ ਲੈ ਕੇ ਪਹੁੰਚੇ ਹਾਂ ਜੀ ਇੱਥੇ, ਅਤੇ ਹੁਣ ਆਲੇ ਦੁਆਲੇ ਜਿੰਨੇ ਫਾਰਮ ਨੇ ਜੀ ਉਹਨਾਂ ਦੀ ਸੈਂਪਲਿੰਗ ਕਰਾਂਗੇ। ਮੁਰਗੀਆਂ ਇਹ ਤੁਹਾਨੂੰ ਲੱਗਦਾ ਵੀ ਸ਼ਾਇਦ ਇੱਕ ਦੋ ਦਿਨ ਪਹਿਲਾਂ ਤੋਂ ਮਰੀਆਂ ਵੇ ਨੇ, ਸੋ ਐਡਮਿਨਿਸਟ੍ਰੇਸ਼ਨ ਵਾਲੇ ਵੀ ਆ ਰਹੇ, ਅਸੀਂ ਡੀ ਸੀ ਸਾਹਿਬ ਨੂੰ ਇਨਫੋਰਮ ਕਰਤਾ ਜੀ, ਔਰ ਜੋ ਵੀ ਬਣਦੀ ਕਾਰਵਾਈ ਹੈਗੀ ਕਾਨੂੰਨ ਮੁਤਾਬਕ ਅਸੀਂ ਉਹ ਕਰਾਂਗੇ ਜੀ ਇੱਥੇ। ਕੋਈ ਪਤਾ ਹੈ ਕਿਸੇ ਵੀ ਕੌਣ ਬੰਦੇ ਦਾ ਇਹ ਮੁਰਗੀਆਂ ਸਾਧੀਆਂ? ਇਹ ਸਵੇਰੇ ਕਹਿੰਦੇ ਧੁੰਦ 'ਚ ਕੋਈ ਸਿੱਟ ਕੇ ਗਿਆ ਜੀ, ਥੋੜ੍ਹੀ ਦੇਰ ਪਹਿਲਾਂ ਹੀ ਸੂਚਨਾ ਸਾਨੂੰ ਮਿਲੀ ਹੈ। ਹੁਣ ਅਸੀਂ ਕਾਰਵਾਈ ਕਰਕੇ ਦੇਖਦੇ ਹਾਂ ਜੀ ਅੱਗੇ ਵੀ ਕੀ ਹੋ ਸਕਦਾ, ਹਾਲੇ ਕੁਛ ਨਹੀਂ ਪਤਾ ਜੀ। ਆਲੇ ਦੁਆਲੇ ਜਿਹੜੇ ਇਸ ਨੇੜੇ ਕਿਲੋ ਡੇਢ ਕਿਲੋਮੀਟਰ ਜਿਹੜੇ ਫਾਰਮ ਪੈਂਦੇ ਆ ਜੀ, ਉਹਨਾਂ ਦੇ ਆਪਾਂ ਸਾਰਿਆਂ ਦੀ ਸਕਰੀਨਿੰਗ ਕਰਾਵਾਂਗੇ ਜੀ। ਸਾਡੀ ਜਿਹੜੀ ਲੈਬੋਰਟਰੀ ਆ RTPCR ਜਲੰਧਰ, ਉਹ ਤੋਂ ਸਕਰੀਨਿੰਗ ਕਰਾਵਾਂਗੇ ਜੀ, ਅਤੇ ਉਹ ਫਿਰ ਅੱਗੇ ਇਹਦੇ ਬਾਰੇ ਦੱਸਣਗੇ ਜੀ। ਬਰਡ ਫਲੂ ਦੀ ਬਿਮਾਰੀ ਫੈਲਣ ਦੌਰਾਨ ਪਟਿਆਲੇ ਜ਼ਿਲ੍ਹੇ 'ਚ ਵੱਡੀ ਤਾਦਾਦ ਵਿੱਚ ਇੰਨੀਆਂ ਮੁਰਗੀਆਂ ਦੇ ਮਰੇ ਹੋਏ ਪਾਇਆ ਜਾਣ ਦਾ ਇਹ ਪਹਿਲਾ ਕੇਸ ਸਾਹਮਣੇ ਆਇਆ। ਹੁਣ ਤੱਕ ਸਿਹਤ ਵਿਭਾਗ ਵੱਲੋਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ, ਹੁਣ ਇਕੱਠੇ ਇੰਨੀਆਂ ਮੁਰਗੀਆਂ ਮਰ ਜਾਣ ਨਾਲ ਕਈ ਸਵਾਲ ਖੜ੍ਹੇ ਹੋ ਗਏ ਨੇ। ਪਟਿਆਲਾ ਤੋਂ PBC ਨਿਊਜ਼ ਲਈ ਇੰਦਰ ਸੱਬਰਵਾਲ ਦੀ ਰਿਪੋਰਟ।